ਜਿੱਦਾਂ ਜਿੱਦਾਂ ਸਾਡੇ ਕੋਲ ਸੰਦ ਵਧੀ ਜਾਂਦੇ ਨੇ ਜ਼ਿੰਦਗੀ 'ਚ ਕਾਹਲ ਵਧੀ ਜਾਂਦੀ ਹੈ। ਹਾਲਾਂਕਿ ਸਾਰੇ ਸੰਦ ਗੱਡੀਆਂ ਵੀ ਇਹ ਗੱਲਾਂ ਕਰਨ ਵਾਲੇ ਸੰਦ ਵੀ ਜ਼ਿੰਦਗੀ ਨੂੰ ਸੌਖਾ ਕਰਨ ਵਾਸਤੇ ਨੇ ਤਾਂ ਕਿ ਸਮਾਂ ਬਚ ਜਾਵੇ, ਪਰ ਗੱਲ ਉਲਟੀ ਹੋ ਗਈ ਹੈ। ਸਮਾਂ ਵੱਧ ਜਾਣ ਲੱਗ ਗਿਆ। ਉਹ ਅੱਠਾਂ ਪਹਿਰਾਂ ਦੀ ਜ਼ਿੰਦਗੀ ਵਿੱਚੋਂ ਬੰਦਿਆਂ ਦੇ ਦੋ ਦੋ ਪਹਿਰ ਇੱਕ ਸ਼ੀਸ਼ੇ 'ਤੇ ਜਾਂਦੇ ਨੇ, ਤਾਂ ਜ਼ਿੰਦਗੀ ਦਾ ਕੀ ਬਣ ਗਿਆ? ਜਿਹਨੂੰ ਪੁੱਛੋ ਵੀ ਮੈਂ ਤਾਂ ਸਿਰਫ ਮਨੋਰੰਜਨ ਕਰਦਾ, ਉਹ ਭਾਈ ਸਮਾਂ ਇੱਕ ਪਲ ਛੁੱਟ ਗਿਆ, ਉਹ ਵਾਪਸ ਨਹੀਂ ਆਉਂਦਾ। ਆਪਦੇ ਪੈਸੇ ਲਾ ਕੇ ਸੰਦ ਲਿਆ, ਬਿਜਲੀ ਭਰੀ, ਬਿਨਾਂ ਦਿਹਾੜੀ ਤੋਂ ਕਿਸੇ ਦੇ ਫਾਇਦਾ ਕੀਤਾ, ਇਹਨੂੰ ਮਨੋਰੰਜਨ ਕਹਿੰਦੇ ਨੇ, ਇਹਨੂੰ ਗੁਲਾਮੀ ਕਹਿੰਦੇ ਨੇ। ਇਸ ਕਰਕੇ ਜਿਹੜਾ ਮਾਈ ਭਾਈ ਇੱਕ ਸ਼ੀਸ਼ੇ ਨੂੰ ਇੱਕ ਘੜੀ ਤੋਂ ਵੱਧ ਸਮਾਂ ਬਹਿੰਦਾ ਹੈ ਅਤੇ ਬਾਅਦ 'ਚ ਇਹ ਸਮਝਦਾ ਕਿ ਮੈਂ ਸੋਚਦਾ ਨਾ, ਫਿਰ ਉਹ ਨਹੀਂ ਸੋਚਦਾ, ਫਿਰ ਜੋ ਸ਼ੀਸ਼ੇ ਜੋ ਵੇਖਿਆ ਉਹ ਉਹਦੇ ਵਿੱਚ ਬੋਲਦਾ।